ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਕਿ ਲੋਕਾਂ ਦੇ ਢਿੱਡ ਵਿੱਚ ਗੱਲ ਪਚਦੀ ਹੀ ਨਹੀਂ ਗੀ। ਜੇ ਉਹ ਨਿਆਣਾ ਲੈ ਹੀ ਗਿਆ, ਗੱਡੀ ਆਖਰ ਕਿੱਧਰ ਦੀ ਆ ਗਈ? ਪਤਾ ਨਹੀਂ ਵੀ ਪਿਓ ਪੁੱਤਾਂ ਨੂੰ ਕਿੰਨੇ ਪੰਪ ਦੇਤਾ, ਉਹ ਸ਼ਹਿਰ ਨੂੰ ਗਿਆ ਵਾ, ਗੱਡੀ ਲੈ ਗਿਆ ਵਾ, ਆਉਂਦੇ ਦੇ ਹੀ ਦੁਆਲੇ ਹੋ ਗਏ ਬਸ। ਮੰਮੀ, ਇਹ ਤਾਂ ਹੁਣ ਇਹਨਾਂ ਦਾ ਆਪਣਾ ਆਪਣਾ ਹਿਸਾਬ ਕਿਤਾਬ ਆ ਨਾ। ਇਹ ਵੀ ਹੈ ਤੇ ਆਪ ਵੀ ਗੁੱਸੇ 'ਚ ਆ ਜਾਂਦੇ ਛੇਤੀ, ਤੇ ਡੈਡੀ ਵੀ ਉਦਾਂ ਹੀ ਗੁੱਸੇ 'ਚ ਰਹਿੰਦੇ ਆ। ਪਰ ਇੱਕ ਗੱਲ ਇਹ ਵੀ ਹੈਗੀ ਆ ਨਾ, ਲਵਲੀ ਵੀ ਕਿਹੜਾ ਕਿਸੇ ਨੂੰ ਦੱਸ ਕੇ ਜਾਂਦਾ ਵਾ? ਜੇ ਦੱਸ ਕੇ ਜਾਵੇ ਤੇ ਆਪੇ ਕੋਈ ਨਾ ਪੁੱਛੇ। ਪੁੱਤ ਮੁੰਡਿਆਂ ਦੇ ਨਾਲ ਜਾਣਾ ਹੀ ਪੈਂਦਾ ਵਾ। ਮੰਮੀ, ਜਿਹੜੀਆਂ ਬਹੁਤੀਆਂ ਯਾਰੀਆਂ ਦੋਸਤੀਆਂ ਵਾ ਨਾ, ਇਹੀ ਮੁੰਡਿਆਂ ਨੂੰ ਵਿਗਾੜਦੀਆਂ ਵਾ। ਜੇਕਰ ਦੋਵੇਂ ਪਿਓ ਪੁੱਤ ਇਹ ਕੰਮ ਕਰਦੇ ਨੇ ਤੇ ਉਹਨੂੰ ਕੀ ਹੋਇਆ ਵਾ ਨਾਲ ਕਰਾਉਂਦਿਆਂ ਨੂੰ? ਜੇ ਉਹ ਨਾਲ ਕੰਮ ਕਾਰ ਪੂਰਾ ਕਰਾਵੇ ਨਾ, ਉਹਨੂੰ ਕੋਈ ਨਾ ਰੋਕੇ ਕਿਤੇ ਜਾਣ ਨੂੰ। ਨਹੀਂ, ਨਿਆਣਾ ਵਾ ਜੇ, ਜਦੋਂ ਵਿਆਹ ਹੋ ਗਿਆ ਨਾ, ਆਪੇ ਉਹਨੂੰ ਸਮਝ ਆ ਜਾਣੀ ਆ ਵੀ ਮੇਰੇ ਤੇ ਜ਼ਿੰਮੇਵਾਰੀ ਪੈ ਗਈ ਆ ਤੇ ਮੈਂ ਨਿਭਾਉਣੀ ਆ ਹੁਣ। ਚਲੋ ਮੰਮੀ, ਇਹ ਤੇ ਗੱਲ ਬਾਤ ਦੀ ਆ। ਜੋ ਤਾਂ ਕਿਸੇ ਦਾ ਬੱਜਾ ਥੋੜਾ ਵਾ ਵੀ ਜਿੱਥੇ ਜਾਣਾ ਵਾ ਸਾਰੇ ਟੱਬਰ ਦੇ ਸਾਈਨ ਕਰਾ ਕੇ ਤੇ ਫੇਰ ਹੀ ਜਾਣਾ ਹੁੰਦਾ ਵਾ, ਕਿਤੇ ਬੱਚੇ ਨੂੰ ਜਾਣਾ ਵੀ ਪੈਂਦਾ ਦੱਸੇ ਤੋਂ ਬਿਨਾ। ਚਲੋ ਮੰਮੀ, ਬੱਜਾ ਤੇ ਕੋਈ ਵੀ ਨਹੀਂ ਆ, ਸਾਰੇ ਆਪੋ ਆਪਣੇ ਕੰਮਕਾਰ 'ਚ ਬਿਜ਼ੀ ਆ। ਪਰ ਇਹ ਆ ਵੀ ਜਦੋਂ ਪਤਾ ਵਾ ਵੀ ਇਹ ਤੇ ਡੈਡੀ ਗੁੱਸੇ ਹੁੰਦੇ ਨੇ ਤੇ ਫਿਰ ਡੈਡੀ ਨੂੰ ਹੀ ਦੱਸ ਦਿਆ ਕਰੇ। ਨਹੀਂ, ਡੈਡੀ ਤੇਰੇ ਵੀ ਬਥੇਰੇ ਆ, ਦੱਸ ਕੇ ਤੇ ਗਿਆ ਸੀ, ਉਦਾਂ ਹੀ ਜਿੱਦਾਂ ਹੀ ਜੋਬਣ ਕਹਿੰਦਾ ਵਾ ਉਦਾਂ ਹੀ ਉਹ ਲੱਗ ਜਾਂਦੇ ਆ ਤੇ ਲਵਲੀ ਦੇ ਦੁਆਲੇ ਚੜੇ ਰਹਿੰਦੇ ਆ। ਚਲੋ ਮੰਮੀ, ਇਹ ਤੁਹਾਡੀਆਂ ਆਪਣੀਆਂ ਗੱਲਾਂ ਵਾ, ਤੁਸੀਂ ਜਿੱਦਾਂ ਮਰਜ਼ੀ, ਤੁਸੀਂ ਮਾਂ ਪਿਓ ਜਿੱਦਾਂ ਦਾ ਸਿਖਾਓਗੇ ਉਹਨੇ ਸਿੱਖ ਜਾਣਾ ਵਾ, ਤੇ ਆਪੇ ਕੱਲ ਨੂੰ ਆਪਣੇ ਘਰ ਤੰਗ ਹੋਊਗਾ, ਸਾਡਾ ਤੇ ਦੋਵਾਂ ਜੀਆਂ ਦਾ ਕੁਝ ਨਹੀਂ ਜਾਣਾ। ਨਹੀਂ, ਕਿਤੇ ਨਹੀਂ ਤੰਗ ਹੁੰਦਾ, ਤੂੰ ਵੇਖੀ ਉਹਨੂੰ ਸਮਝ ਸਾਰੀ ਆ ਜਾਣੀ ਆ। ਚਲੋ ਮੰਮੀ, ਇਹ ਸਮਝ ਹੁਣ ਤੱਕ ਤੇ ਆਈ ਨਹੀਂ, 26-27 ਸਾਲਾਂ ਦਾ ਹੋ ਚੱਲਿਆ ਵਾ ਤੇ ਗਾਂ ਪਤਾ ਨਹੀਂ ਕਦੋਂ ਆਉਣੀ ਹੈ। ਨਹੀਂ, ਜਾ ਮੈਨੂੰ ਬਹੁਤਾ ਗਿਆਨ ਨਾ ਦੇ, ਆ ਚੌਲ ਫੜ ਤੇ ਜਾ ਕੇ ਚੌਲ ਬਣਾ। ਤੂੰ ਕਿਹੜੀ ਘੱਟ ਵਾ, ਵੇਖ ਕਿੱਦਾਂ ਜ਼ਬਾਨ ਚੱਲਦੀ ਆ, ਜਿਹੜੀ ਗੱਲ ਕਹਿੰਦੀ ਆ ਨਾ ਉਸੇ ਵੇਲੇ ਉਹਦਾ ਜਵਾਬ ਗਾੜੀ ਘੜ ਕੇ ਰੱਖਿਆ ਹੁੰਦਾ ਵਾ। ਬੱਚੇ ਕਿਹੜੇ ਘੱਟ ਵਾ, ਉਹ ਵੀ ਵਿਗੜਿਆ ਵਾ, 27 ਸਾਲਾਂ ਦਾ ਹੋ ਗਿਆ ਵਾ, ਆਖਰ ਕਿੱਧਰ ਦੀ ਆ ਗਈ ਹੈ ਜੇ ਉਹ ਚੱਲ ਜਾਂਦਾ ਵਾ ਤੇ? ਇਹੋ ਹੀ ਦੱਸਦੀ ਆ ਕਿ ਉਹ ਚੱਲ ਗਿਆ, ਉਹ ਮੰਮੀ ਕੋਲ ਪੈਸੇ ਲੈ ਗਿਆ, ਉਹ ਗੱਡੀ ਲੈ ਗਿਆ, ਬਸ ਉਹ ਪਿਓ ਪੁੱਤ ਰੌਲਾ ਪਾਉਣ ਲੱਗ ਪੈਂਦੇ। ਮੇਰੀ ਗੱਲ ਸੁਣਿਓ ਮਾੜੀ ਜੀ, ਮੰਮੀ ਨੂੰ ਹੁਣ ਪਤਾ ਨਹੀਂ ਮੈਂ ਕੀ ਕਹਿਤਾ ਵਾ, ਨਿੱਕੀ ਨਿੱਕੀ ਗੱਲ ਤੇ ਮੈਨੂੰ ਤਾਨੇ ਮਾਰਦੇ ਰਹਿੰਦੇ ਆ। ਕੀ ਆਂਦੇ ਆ? ਹੁਣ ਕਹਿੰਦੇ ਸੀ ਪਤਾ ਨਹੀਂ ਕਿੰਨੇ ਦੱਸਦਾ ਵਾ, ਲਵਲੀ ਗੱਡੀ ਲੈ ਕੇ ਗਿਆ ਸੀ, ਲਵਲੀ ਇਦਾਂ ਗਿਆ ਸੀ, ਮੈਨੂੰ ਤੇ ਸਗੋਂ ਤੁਸੀਂ ਦੱਸਿਆ, ਮੈਂ ਕੀ ਤੁਹਾਨੂੰ ਦੱਸਣਾ ਸੀ? ਨਹੀਂ ਤੇ ਮੈਂ ਤਾਂ ਉਦੋਂ ਬਾਹਰ ਬੈਠਾ ਜਦੋਂ ਲਵਲੀ ਗਿਆ ਗੱਡੀ ਲੈ ਕੇ। ਪਤਾ ਨਹੀਂ ਮੰਮੀ ਦੇ ਮਨ 'ਚ ਕੀ ਘੁੰਮਦਾ ਰਹਿੰਦਾ, ਉਹਨਾਂ ਨੂੰ ਲੱਗਦਾ ਵਾ ਕਿ ਖਰੇ ਮੈਂ ਹੀ ਸਾਰੀਆਂ ਗੱਲਾਂ ਤੁਹਾਨੂੰ ਦੱਸਣੀ। ਉਹ ਚੱਲ ਕੋਈ ਗੱਲ ਨਹੀਂ, ਉਹਦਾ ਸੁਭਾਅ ਹੀ ਇਦਾਂ ਦਾ ਵਾ। ਸੁਭਾਅ ਯਾਰ ਕਿੰਨਾ ਕੁ ਚਿਰ ਬੰਦਾ ਸੁਣੇ, ਜਿੱਦਣ ਮੈਂ ਕਿਸੇ ਗੱਲ ਦਾ ਜਵਾਬ ਦੇਤਾ ਨਾ ਫਿਰ ਕਹਿਣਾ ਉਹ ਮੇਰੇ ਅੱਗੇ ਬੋਲਦੀ ਆ। ਚੱਲ ਕਾਹਨੂੰ ਦੇਣਾ ਵਾ ਜਵਾਬ, ਤੈਨੂੰ ਪਤਾ ਉਦਾਂ ਸੜੇ ਰਹਿੰਦੇ ਆ। ਆਊਗੀ ਦੂਜੀ ਤੇ ਫਿਰ ਲੱਗ ਜੂਗਾ ਪਤਾ। ਉਹ ਚੱਲ ਪਤਾ ਕੀ ਲੱਗਣਾ, ਤੂੰ ਕਰ ਲੈ ਕੰਮ ਆਪਣਾ, ਐਵੇਂ ਨਾ ਟੈਨਸ਼ਨ ਲਿਆ ਕਰ। ਮੈਂ ਤਾਂ ਬਸ ਆਹੀ ਕਰਦੀ ਰਹਾਂ ਫਿਰ ਚੰਗੀ ਆ। ਆ ਗਿਆ ਦਾ ਫੋਨ ਆ ਗਿਆ। ਹੈਲੋ, ਸਤਿ ਸ਼੍ਰੀ ਅਕਾਲ, ਠੀਕ ਠਾਕ? ਬੜੇ ਚਿਰ ਬਾਅਦ ਫੋਨ ਕੀਤਾ ਅੱਜ। ਉਹ ਨਹੀਂ ਨਹੀਂ ਕਰਨਾ ਕੀ ਆ, ਕਰੀ ਆ ਕਿ ਕੱਲ ਕਿੱਥੇ? ਧਾਰੀਵਾਲ? ਉਹ ਨਹੀਂ ਨਹੀਂ ਯਾਰ, ਮੈਂ ਕੀ ਆਉਣਾ ਸੀ, ਮੈਂ ਨਹੀਂ ਗਾ ਗੱਡੀ 'ਚ। ਨਹੀਂ ਨਹੀਂ ਕੱਲ੍ਹ ਤਾਂ ਗੱਡੀ ਖੜੀ ਸੀ ਲਵਲੀ ਨੇ। ਅੱਛਾ, ਧਾਰੀਵਾਲ ਆਇਆ ਸੀਗਾ? ਉਹ ਨਹੀਂ ਨਹੀਂ ਉਹਨੂੰ ਫਿਰ ਕੰਮ ਹੋਣਾ ਵਾ ਕੋਈ। ਹਾਂ ਕੰਮ ਆਇਆ ਸੀ, ਕੋਈ ਦੱਸਣ ਡਿਆ ਸੀ, ਕਹਿੰਦਾ ਜਾਣਾ ਵਾ ਕਿਤੇ। ਹਾਂ ਹਾਂ ਨਹੀਂ ਨਹੀਂ ਮੈਂ ਨਹੀਂ ਆਇਆ, ਜੇ ਮੈਂ ਆਇਆ ਹੁੰਦਾ ਫਿਰ ਤਾਂ ਮੈਂ ਮਿਲ ਕੇ ਜਾਣਾ ਸੀਗਾ। ਹਾਂਜੀ 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 ਹਾਂ, ਨਹੀਂ ਨਹੀਂ ਕੋਈ ਨਹੀਂ।
ਵੱਜੇਗਾ ਚੱਕਰ ਤਾਂ ਫਿਰ ਜ਼ਰੂਰ ਆਵਾਂਗੇ। ਠੀਕ ਠੀਕ ਆ ਸਾਹਿਬ, ਠੀਕ ਆ। ਹੋਰ ਘਰ ਸਾਰੇ ਠੀਕ ਨੇ ਨਾ? ਹਾਂਜੀ ਠੀਕ ਆ, ਓਕੇ ਭਾਅ ਜੀ, ਓਕੇ ਓਕੇ। ਆ ਵੇਖ ਲਾ ਇਹਦੇ ਮੁੰਡੇ ਦੇ ਕੰਮ, ਮੈਨੂੰ ਇਹ ਗੱਲ ਕਹਿ ਕੇ ਗਿਆ ਵਾ ਵੀ ਮੈਂ ਗੁਰਦਾਸਪੁਰ ਜਾਣਾ ਵਾਂ ਅਤੇ ਗੱਡੀ ਦਿਓ, ਅਤੇ ਗੱਡੀ ਲੈ ਕੇ ਚੱਲ ਗਿਆ ਵਾ ਧਾਰੀਵਾਲ। ਉੱਥੇ ਕੀ ਕਰਨ ਗਿਆ ਬੰਦਾ ਪੁੱਛੇ ਭਲਾ? ਆਉਂਦਾ ਵਾ ਨਾ ਇਹਦੀ ਕਲਾਸ ਤਾਂ ਹੁਣੇ ਲਾਉਣਾ ਨਾ ਮੈਂ, ਉੱਥੇ ਕੰਮ ਖੜੇ ਇੰਨੇ ਮੁੰਡੇ ਨੇ। ਧੁੱਪ ਡੇ ਸੇਕਣ? ਆਹੋ ਯਾਰ ਠੰਡ ਲੱਗਣ ਡੀ, ਮੈਂ ਝੱਤ ਪਈ ਬਹਿ ਇਹਨੇ 10 ਮਿੰਟ। ਮੈਂ ਤੁਹਾਡਾ ਡੈਡੀ ਇੱਕ ਗੱਲ ਕਰਨੀ ਆ। ਹਾਂਜੀ ਦੱਸੋ। ਧਿਆਨ ਨਾਲ ਸੁਣਿਓ ਮੇਰੀ ਗੱਲ। ਅੱਜ ਨਾ ਮੈਨੂੰ ਮੁੰਡੇ ਕਿਸੇ ਦਾ ਯਾਰ ਦੋਸਤ ਦਾ ਫੋਨ ਆਇਆ। ਅੱਛਾ। ਮੈਨੂੰ ਕਹਿੰਦਾ ਵੀ ਕੱਲ੍ਹ ਤੂੰ ਇੱਧਰ ਗੱਡੀ ਲੈ ਕੇ ਆਇਆ ਸੀ ਆਪਣੀ, ਅਤੇ ਤੂੰ ਮੇਰੇ ਵੱਲ ਵੇਖਿਆ ਨਹੀਂ ਤਾਂ ਯਾਰ ਘਰੋਂ ਹੋ ਜਾਂਦਾ। ਅੱਛਾ। ਮੈਂ ਇਹ ਗੱਲ 'ਚ ਹੈਰਾਨ ਪਰੇਸ਼ਾਨ, ਮੈਂ ਕਿਹਾ ਵੀ ਮੈਂ ਤਾਂ ਗਿਆ ਨਹੀਂ ਗਾ। ਅੱਛਾ ਗੱਡੀ ਸਾਡੀ ਉੱਧਰ ਕਿਤੇ, ਮੁੰਡਾ ਧਾਰੀਵਾਲ ਦਾ। ਅੱਛਾ। ਫਿਰ ਮੈਂ ਸੋਚਿਆ ਮੈਂ ਗੱਡੀ ਲੈ ਕੇ ਤਾਂ ਲਵਲੀ ਗਿਆ ਸੀਗਾ। ਹਾਂ। ਸਾਨੂੰ ਇਹ ਗੱਲ ਕਹਿ ਗਿਆ ਵੀ ਮੈਂ ਗੁਰਦਾਸਪੁਰ ਚੱਲਿਆ ਵਾਂ ਅਤੇ ਗੱਡੀ ਫਿਰਨ ਡੀ ਆ ਧਾਰੀਵਾਲ। ਮੇਰੀ ਗੱਲ ਸੁਣ, ਮੈਨੂੰ ਵੀ ਇਹੋ ਗੱਲ ਕਹਿੰਦਾ ਸੀ। ਤੇ ਤੁਹਾਨੂੰ ਫੋਨ 'ਤੇ ਇਹੋ ਗੱਲ ਕਹੀ ਹੋਣੀ ਉਹਨੇ? ਫੋਨ 'ਤੇ ਇਹੋ ਗੱਲ ਕਹੀ ਸੀ ਨਾ ਵੀ ਡੈਡੀ ਮੈਂ ਜਾਣਾ ਵਾ ਮੁੰਡੇ ਦਾ ਜਨਮ ਦੇਣਾ। ਮੈਨੂੰ ਵੀ ਇਹੋ ਗੱਲ ਕਹੀ ਉਹਨੇ। ਅਤੇ ਫਿਰ ਹੁਣ ਇਹ ਤਾਂ ਕੀ ਕਰੀਏ, ਪੁੱਛੀਏ ਫਿਰ ਦੋਵੇਂ ਪੇਪਰ ਤੋਂ? ਪੁੱਛਣਾ ਹੀ ਪੈਣਾ ਵਾ ਵੀ ਫਿਰਦਾ ਕਿੱਥੇ ਰਿਹਾ ਵਾ, ਵੀ ਇੱਧਰਲੇ ਪਾਸੇ ਗੁਰਦਾਸਪੁਰ ਵਾ ਇੱਧਰ ਧਾਰੀਵਾਲ, ਅਤੇ ਇਹ ਕੀ ਕਰਦਾ ਗਿਆ ਉੱਥੇ? ਚਲੋ ਇਹਨੇ ਕੋਈ ਨਾ ਕੋਈ ਕੰਮ ਪੁੱਠਾ ਕਰ ਦੇਣਾ ਜੀ, ਇਹਨੂੰ ਪੁੱਛੋ ਜਾ ਕੇ। ਚਲੋ ਮੇਰਾ ਪੁੱਛ ਕੇ ਆਈਏ ਪੁੱਤ। ਆਹ ਮੇਰਾ ਪੁੱਤ ਆ ਜਾ। ਮੇਰੀ ਗੱਲ ਸੁਣ, ਮੈਨੂੰ ਫੋਨ ਆਇਆ ਸੀ ਆਪਣੇ ਕਿਸੇ ਯਾਰ ਦੋਸਤ ਦਾ ਧਾਰੀਵਾਲੋਂ, ਅਤੇ ਮੈਨੂੰ ਕਹਿਣ ਡਿਆ ਸੀਗਾ ਵੀ ਤੂੰ ਸਾਡੇ ਲਾਗੇ ਆਇਆ ਵਾਂ ਅਤੇ ਚੱਲ ਇੱਥੋਂ ਹੋ ਜਾ, ਅਤੇ ਮੈਂ ਤਾਂ ਗੱਡੀ ਦੇ ਗੱਲ ਧਾਰੀਵਾਲ ਗਿਆ ਨਹੀਂ ਸੀ। ਓਹੋ, ਮੈਂ ਤਾਂ ਮੁੰਡੇ ਨੂੰ ਲਾਉਣ ਗਿਆ ਸੀ ਗੁਰਦਾਸਪੁਰੋਂ, ਗਿਆ ਤਾਂ ਮੈਂ ਜਨਮ ਦਿਨ 'ਤੇ ਸੀ। ਇੱਧਰਲੇ ਪਾਸੇ ਗੁਰਦਾਸਪੁਰ, ਇੱਧਰਲੇ ਪਾਸੇ ਧਾਰੀਵਾਲ, ਅਤੇ ਤੂੰ ਧਾਰੀਵਾਲ ਕਦੇ ਲਾਉਣ ਗਿਆ? ਉਹ ਡੈਡੀ ਮੁੰਡਾ ਕਹਿਣ ਡਿਆ ਮੈਨੂੰ ਲਾਹ ਆ, ਉਹ ਵਿਚਾਰਾ ਬੱਸ 'ਤੇ ਆਇਆ ਸੀ ਅਤੇ ਮੈਂ ਲਾਉਣ ਚਲ ਗਿਆ ਉਹਨੂੰ। ਝੂਠ ਨਾ ਬੋਲ, ਗਿਆ ਤੂੰ ਹੋਰ ਕੇ ਪਾਸੇ ਸੀ? ਇੱਥੋਂ ਡੈਡੀ ਇਹ ਬਹਾਨਾ ਲਾ ਕੇ ਗਿਆ ਵਾ ਕਿ ਉੱਥੇ ਮੇਰੇ ਸਾਰੇ ਯਾਰ ਦੋਸਤ ਗੱਡੀਆਂ ਵਾਲੇ ਆਉਣੇ ਅਤੇ ਮੈਂ ਵੀ ਗੱਡੀ ਖੜਨੀ ਆ, ਉਹ ਕਿੱਥੋਂ ਬੱਸ 'ਤੇ ਆ ਗਿਆ? ਉਹ ਯਾਰ ਉਹ ਆ ਗਿਆ ਬੱਸ 'ਤੇ, ਤਾਂ ਹੁਣ ਮੈਂ ਉਹਨੂੰ ਕੀ ਕਹਿੰਦਾ ਵੀ ਤੂੰ ਬੱਸ 'ਤੇ ਕਾਹਲੀ ਆਇਆ? ਡੈਡੀਆਂ ਤੁਸੀਂ ਆਪ ਉਹ ਮੇਰੀ ਗੱਲ ਸੁਣ, ਤੂੰ ਗਿਆ ਸੀ ਫਿਰਨ ਤੁਰਨ ਮੁੰਡੇ ਦੇ ਜਨਮ ਦਿਨ 'ਤੇ, ਤੂੰ ਗਿਆ ਹੀ ਨਹੀਂ ਆ। ਉਹ ਕੀ ਪਤਾ ਹੁਣ ਕਿੰਨੇ ਫੋਨ ਕਰਦਾ ਕਿੰਨੇ ਨਹੀਂ, ਮੈਂ ਉਹਨੂੰ ਛੱਡਣ ਗਿਆ ਸੀ। ਉਹ ਪਾਗਲ ਜਿਹਨੇ ਫੋਨ ਕੀਤਾ, ਉਹਦਾ ਇਰਾਦਾ ਹੋਣਾ ਵੀ ਇਹ ਆਇਆ ਵਾ, ਅਤੇ ਇੰਨੇ 'ਚ ਕੀ ਹੋ ਗਿਆ ਜੇ ਉਹਨੇ ਫੋਨ ਕਰਤਾ ਸੀ? ਤਾਂ ਡੈਡੀ ਸਿੱਧੀ ਗੱਲ, ਗਾਂ ਤੋਂ ਗੱਡੀ ਕਰੋ ਇਹਦੀ ਬੰਦ, ਚੀਜ਼ ਕੋਈ ਨਹੀਂ ਇਹਨੂੰ ਦੇਣੀ। ਤੂੰ ਨਾ ਮੋਟਰਸਾਈਕਲ 'ਤੇ ਜਾਣਾ, ਭਾਵੇਂ ਜਨਮ ਦਿਨ ਹੋਏ ਅਤੇ ਭਾਵੇਂ ਵਿਆਹ ਹੋਏ, ਜੋ ਮਰਜ਼ੀ ਹੋਏ, ਠੀਕ ਆ ਨਾ? ਗੱਡੀ ਨਹੀਂ ਘਰੋਂ ਖੜਨੀ ਤੂੰ। ਨਾਲੇ ਯਾਰਾਂ ਦੋਸਤਾਂ ਦੀਆਂ ਵਗਾਰਾਂ ਭਗਤਾਉਣ ਥੋੜ੍ਹੀ ਚੀਜ਼ਾਂ ਵੇ, ਇਹ ਤਾਂ ਆਪਣੇ ਸਾਧਨ ਨੂੰ, ਘਰ ਨੂੰ ਵੀ ਜੇ ਜੀਆਂ ਚਾਰਾਂ ਨੇ ਜਾਣਾ ਹੋਵੇ ਕਿਤੇ ਤਾਂ ਲੈ ਆਉਂਦੇ। ਨਾਲੇ ਜੋ ਮੈਨੂੰ ਸੱਚ ਗੱਲ ਦੱਸਦਾ ਨਹੀਂ ਹੈ, ਜਾਂਦਾ ਕਿੱਧਰ ਨੂੰ ਆ ਕਿੱਧਰ ਨੂੰ ਨਹੀਂ। ਉਹ ਭਰਾ ਸ਼ਹਿਰ ਹੀ ਗਿਆ, ਮੇਰਾ ਖੇੜਾ ਛੱਡੋ ਚੰਗਾ, ਇਹਨੂੰ ਸੰਗਲ ਮਾਰ ਕੇ ਇਹਦੇ ਅੰਦਰ ਲਾ ਲਓ ਇਹਨੂੰ। ਤਾਂ ਫਿਰ ਇਹੋ ਕੰਮ ਹੀ ਕਰਨਾ ਪੈਣਾ, ਇਹ ਕਿੱਡਾ ਔਖਾ ਹੋਇਆ ਜੇ ਸੱਚੀ ਗੱਲ ਕਹੀ ਆ ਤੇ। ਮੈਨੂੰ ਮੇਰੀ ਗੱਲ ਸੁਣ, ਕਿਤੇ ਗਲਤ ਕੰਮਾਂ 'ਚ ਤਾਂ ਨਹੀਂ ਪੈ ਗਿਆ ਇਹ? ਉਹ ਡੈਡੀ ਮੈਨੂੰ ਵੀ ਇਹੋ ਲੱਗਣ ਡਿਆ ਵਾ, ਅਤੇ ਜੇ ਤਾਂ ਸੁਧਰਿਆ ਰਹੂਗਾ ਨਾ, ਟਲਿਆ ਰਹੂਗਾ, ਤਾਂ ਬਾਜੂਗਾ ਨਹੀਂ ਤਾਂ ਛਿੱਤਰ ਖਾਊ ਕਿਸੇ ਕੋਲ, ਅਸੀਂ ਤਾਂ ਨਹੀਂ ਫਿਰ ਮਗਰ ਜਾਣਾ। ਉਹ ਮੈਨੂੰ ਇਹ ਆ ਕਿ ਇਹਦਾ ਲਾਮਾ ਲੂਮਾ ਨਾ ਜੇ ਯਾਰ। ਹੁਣ ਕੱਲ੍ਹ ਜਦੋਂ ਜਾਣ ਲੱਗਾ ਸੀ ਨਾ, ਉਦੋਂ ਗੱਡੀ ਨੂੰ ਜਾਲੀਆਂ ਲਾਉਣ ਡਿਆ ਸੀ, ਅਤੇ ਮੈਂ ਪੁੱਛਿਆ ਵੀ ਮੈਂ ਕਿਹਾ ਜਾਲੀਆਂ ਕਰਨੀਆਂ ਤੂੰ? ਕਹਿੰਦਾ ਇਹ ਜਨਮ ਦਿਨ 'ਤੇ ਜਾਣਾ, ਅਤੇ ਜਾਲੀਆਂ ਦਾ ਤਾਂ ਚਲਾਉਣਾ ਵਾ। ਝੂਠ ਬੋਲਦਾ ਇਹ ਹੋਰ ਕਿਤੇ ਗਿਆ? ਹੁਣ ਫਿਰ ਕਰਨਾ ਕੀ ਆ, ਹੁਣ ਤੁਹਾਡੇ ਸਾਹਮਣੇ ਪੁੱਛਿਆ ਹੀ ਆ, ਅੱਗੋਂ ਲੜਨ ਪੈਂਦਾ। ਜਿਹੜਾ ਤੇਰਾ ਦੋਸਤ ਸੀ ਉਹਨੂੰ ਪੁੱਛਣਾ ਸੀ ਵੀ ਇਹਦੇ ਨਾਲ ਹੈ ਤਾਂ ਨਹੀਂ ਕੋਈ? ਉਹ ਨਹੀਂ, ਉਹ ਤਾਂ ਕਹਿੰਦਾ ਇਕੱਲਾ ਸੀਗਾ, ਉਹਨੇ ਵੀ ਦੂਰੋਂ ਹੀ ਵੇਖਿਆ ਵਾ, ਉਹਨੂੰ ਗੱਡੀ ਪਛਾਣ ਜਾ ਗਈ, ਉਹਨੇ ਕੀਤਾ ਫੋਨ ਜਾਲੀਆਂ 'ਚ, ਤਾਂ ਕਹਿੰਦਾ ਮੈਨੂੰ ਪਤਾ ਨਹੀਂ ਲੱਗਾ ਬਹੁਤਾ, ਕੀ ਪਤਾ ਬੈਠਾ ਹੀ ਹੋਏ ਕੋਈ ਨਾਲ। ਇਹ ਤਾਂ ਹੁਣ ਮਹਾਰਾਜ ਜਾਣਦਾ ਜੇ, ਇਹਦਾ ਜਿੱਦਾਂ ਵੀ ਕਰਨਾ ਇਹਦਾ ਹੱਲ ਕਰੋ ਕੋਈ, ਇਹਨੇ ਤਾਂ ਛਿੱਤਰਖਾਣੇ 'ਤੇ ਬੇਇੱਜ਼ਤੀ ਕਰਾਉਣੀ ਜੇ ਕਿਸੇ ਕੋਲ ਫਿਰ। ਇਹ ਤਾਂ ਤੇਰੀ ਗੱਲ ਠੀਕ ਆ। ਆਹੋ, ਤੁਸੀਂ ਕਰੋ ਮੇਰੀ ਨਾਲ ਗੱਲ ਜਿੱਦਾਂ ਵੀ ਕਰਨੀ ਆ। ਚਲ ਮੈਂ ਕਰਦਾ ਉਹਦੇ ਨਾਲ ਗੱਲ, ਗੱਲ ਤਾਂ ਜੋ ਬੰਦੀ ਵੀ ਠੀਕ ਵਾ, ਵੀ ਜੇ ਕਿਤੇ ਗਲਤ ਕੰਮਾਂ 'ਚ ਪੈ ਗਿਆ ਤਾਂ ਬੇਇੱਜ਼ਤੀ ਕਰਾਊਗਾ, ਕਰਦਾ ਇਹਦੀ ਮਾਂ ਨਾਲ ਗੱਲ।
ਜੋਬਨ ਮੇਰੀ ਗੱਲ ਸੁਣ। ਹਾਂਜੀ। ਜੇ ਲਵਲੀ ਚਲੀ ਗਿਆ ਸੀ ਤਾਂ ਆਖਰ ਕਿੱਧਰ ਦੀ ਆ ਗਈ? ਤੁਸੀਂ ਪਿਓ ਪੋਤੀ ਉਹਦੇ ਦੁਆਲੇ ਹੋ ਗਏ ਜੇ। ਮੰਮੀ ਕਹਿ ਕੀ ਹੋ ਗਿਆ ਵਾ ਵੀ ਮੈਂ ਗੁਰਦਾਸਪੁਰ ਚੱਲਿਆ ਵਾਂ ਤੇ ਗਿਆ ਉਹ ਧਾਰੀਵਾਲ ਵਾ ਤੇ ਆਖਰ ਕਿਉਂ ਨਹੀਂ ਆਈ? ਦੱਸ ਜੇ ਮੁੰਡਿਆਂ ਦੇ ਨਾਲ ਚਲੀ ਗਿਆ ਫਿਰ ਕੀ ਜੇ ਕਿਸੇ ਨੇ ਕਹਿਤਾ ਵੀ ਸਾਡੇ ਨਾਲ? ਤੁਸੀਂ ਫਰਜ਼ ਕਰੋ ਵੀ ਚਲ ਗਿਆ ਵਾ, ਮੰਨ ਲਓ ਉੱਥੋਂ ਗਿਆ ਵੀ ਇਹ ਧਾਰੀਵਾਲ, ਘੱਟੋ ਘੱਟ ਫਰਜ਼ ਨਹੀਂ ਬਣਦਾ ਮੈਂ ਦੱਸਾਂ ਮਗਰ ਫੋਨ ਕਰਕੇ? ਮੰਨ ਲਓ ਉਹ ਵੀ ਨਬੀ ਉੱਥੇ ਹੋ ਜੇ, ਅਸੀਂ ਲੱਭਦੇ ਰਹੀਏ ਇਹਨੂੰ ਗੁਰਦਾਸਪੁਰ, ਸਾਨੂੰ ਕਿੱਥੋਂ ਲੱਭਣਾ ਹੈ? ਗੱਲ ਪਤਾ ਕੀ ਆ, ਤੇਰੇ ਘਰ ਦੀ ਨਿੱਕੀ ਨਿੱਕੀ ਗੱਲ ਆਣ ਕੇ ਤੇਰੇ ਕੰਨਾਂ 'ਚ ਪਾਉਂਦੀ ਆ, ਉਹ ਫਲਾਣੇ ਥਾਂ ਚਲ ਗਿਆ ਵਾ, ਉਹ ਗੱਡੀ ਲੈ ਗਿਆ ਵਾ, ਉਹ ਮੰਮੀ ਕੋਲ ਪੈਸੇ ਲੈ ਗਿਆ ਵਾ, ਇਹ ਗੱਲਾਂ ਚੰਗੀਆਂ ਨਹੀਂ ਹੁੰਦੀਆਂ ਘਰਾਂ ਵਿੱਚ। ਮੈਨੂੰ ਨਹੀਂ ਮੰਮੀ, ਉਹਨੇ ਮੈਨੂੰ ਨਹੀਂ ਕੋਈ ਵੀ ਗੱਲ ਕੀਤੀ, ਜਦੋਂ ਲਵਲੀ ਗੱਡੀ ਲੈ ਕੇ ਚੱਲਿਆ ਸੀ ਨਾ ਮੈਂ ਬਾਹਰ ਵਿਹੜੇ 'ਚ ਬੈਠਾ, ਦੇਖਦਾ ਮੈਨੂੰ ਵੀ ਸਭ ਕੁਛ ਵੀ ਕੀ ਕਰਦਾ ਫਿਰਦਾ ਉਹ। ਜਦੋਂ ਮੈਂ ਉਹਨੂੰ ਕੱਲ੍ਹ ਇਹ ਗੱਲ ਕਹੀ ਵੀ ਤੂੰ ਮੋਟਰਸਾਈਕਲ ਲੈ ਜਾ, ਮੈਂ ਜਾਣਾ ਵਾ ਖਾਦ ਲੈਣ, ਤਾਂ ਕੀ ਇਹਨੂੰ ਉਦੋਂ ਨਹੀਂ ਪਤਾ ਮੈਂ ਗੱਡੀ ਘਰ ਛੱਡ ਜਾਂ? ਚੱਲ ਤੇਰਾ ਭਰਾ ਵਾ ਨਿੱਕਾ, ਇੱਦਾਂ ਨਹੀਂ ਕਰੀਦਾ ਹੁੰਦਾ, ਜੇ ਗਲਤੀ ਕਰਦਾ ਵੀ ਆ ਤਾਂ ਪਿਆਰ ਨਾਲ ਸਮਝਾਈਦਾ, ਜਿੱਦਾਂ ਪਿਓ ਪੁੱਤ ਗਏ ਹੋ ਉਹਦੇ ਵੱਲ, ਗੁੱਸੇ ਦੇ ਵਿੱਚ ਬਾਹਰ ਕਿਤੇ ਚੱਲ ਜੂ ਫਿਰ ਕੀ ਕਰੋਗੇ? ਪਿਆਰ ਨਾਲ ਨਹੀਂ ਮੰਨਦਾ ਮੀ ਉਹ, ਹਰੇਕ ਤਰੀਕੇ ਨਾਲ ਸਮਝਾ ਕੇ ਵੇਖਿਆ, ਡੈਡੀ ਨੂੰ ਵੀ ਮੈਂ ਗਈ ਸੀ ਇਹ ਗੱਲ, ਮੈਂ ਕਿਹਾ ਪਿਆਰ ਨਾਲ ਸਮਝਾਇਓ ਇਹਨੂੰ, ਪਰ ਇਹਨੂੰ ਸਮਝ ਨਹੀਂ ਆਉਂਦੀ। ਚੱਲ ਕੋਈ ਗੱਲ ਨਹੀਂ, ਮੈਂ ਤਾਂ ਸੋਚਿਆ ਵੀ ਉਹਦਾ ਵੀ ਵਿਆਹ ਕਰਦੀ ਹਾਂ, ਅਤੇ ਜਿਹੜਾ ਮੈਨੂੰ ਗੱਲਾਂ ਕਰਦੇ ਜੇ ਜਾਂ ਉਹਦੇ ਗੱਲ ਪੈਂਦੇ ਜੇ ਆਪੇ ਤੁਸੀਂ ਹਟ ਜਾਣਾ ਵਾ। ਤੁਸੀਂ ਇਉਂ ਕੰਮ ਕਰੋ, ਹਾਂ ਤੁਸੀਂ ਸਾਨੂੰ ਕਿਉਂ ਕਹਿੰਦੇ ਜੇ, ਤੁਸੀਂ ਆਪ ਜਾ ਕੇ ਗੱਲ ਕਰੋ, ਆ ਇੱਧਰ ਨਾਲ ਦੇ ਕਮਰੇ 'ਚ ਬੈਠਾ ਜੇ, ਉਹਨੂੰ ਜਾ ਕੇ ਸਮਝਾਓ ਵੀ ਪੁੱਠੇ ਕੰਮ ਕਰਨੇ ਛੱਡ ਦੇ, ਅਤੇ ਜਿੱਧਰ ਜਾਣਾ ਉਹਨਾਂ ਦੱਸ ਕੇ ਜਾਇਆ ਕਰ, ਕੋਈ ਇਹੋ ਜਿਹਾ ਮੁੜ ਕੇ ਘਾਟਾ ਵਾਧਾ ਹੋ ਜੇ ਅਸੀਂ ਕਿੱਥੋਂ ਲੱਭਣਾ ਇਹਨੂੰ? ਚੱਲ ਕੋਈ ਨਹੀਂ, ਮੈਂ ਜਾਂਦੀ ਹਾਂ, ਪੁੱਛਦੀ ਹਾਂ ਨੂੰ ਵੀ ਕੀ ਗੱਲ ਹੋਈ ਹੈ। ਵੇਖ ਮੰਮੀ ਦੀ ਹੱਦ ਹੋ ਗਈ ਵੀ ਅਸੀਂ ਉਹਨੂੰ ਸਮਝਾਉਣ ਗਏ ਹਾਂ ਦੋਵੇਂ ਜਣੇ, ਉਲਟਾ ਸਾਨੂੰ ਡਏ ਆ ਕਹਿਣ, ਨਾਲੇ ਜੋਧਾ ਕੀ ਇਹ 'ਚ ਕਸੂਰ ਵਾ, ਉਹਨੇ ਤਾਂ ਮੈਨੂੰ ਦੱਸੀ ਨਹੀਂ ਕੋਈ ਗੱਲ। ਪੁੱਤ ਆ ਗਿਆ ਤੂੰ? ਮੰਮੀ ਮੈਂ ਅੱਗੇ ਬੜੀ ਦੋਵਾਂ ਕੋਲ ਬੇਇੱਜ਼ਤੀ ਕਰਾ ਲਈ ਆ, ਤੂੰ ਹੁਣ ਤੁਸੀਂ ਨਾ ਕਰਨ ਲੱਗ ਪਿਆ। ਤੇ ਮੇਰੀ ਗੱਲ ਸੁਣ, ਜੇ ਤੂੰ ਗਿਆ ਹਾਂ ਤਾਂ ਮੈਨੂੰ ਦੱਸ ਦੇ ਜਾਂਦਾ ਵੀ ਕਿੱਥੇ ਜਾਣਾ ਵਾ। ਉਹ ਮੰਮੀ ਗਿਆ ਤਾਂ ਮੈਂ ਗੁਰਦਾਸਪੁਰ ਸੀ, ਉੱਥੇ ਲਾਗੇ ਤੇ ਪਿੰਡ ਵਾ, ਤੇ ਮੁੰਡਾ ਮੈਨੂੰ ਕਹਿੰਦਾ ਵੀ ਲਾਹ ਆ ਉੱਥੋਂ। ਤੇ ਪੁੱਤ ਘਰ ਤੇ ਪਤਾ ਹੋਵੇ ਕਿੱਥੇ ਗਿਆ ਵਾ, ਬੇਇੱਜ਼ਤੀ ਕਰਦੀ ਆ। ਹੁਣ ਮੈਂ ਉੱਥੋਂ ਫੋਨ ਕੀ ਕਰਦਾ ਤੁਹਾਨੂੰ ਵੀ ਮੈਂ ਮੁੰਡੇ ਨੂੰ ਲਾਉਣ ਚੱਲਿਆ ਹਾਂ, ਮੈਂ ਕਿਹਾ ਲਾਹ ਕੇ ਤੇ ਮੈਂ ਆ ਜਾਣਾ ਵਾ, ਉੱਥੇ ਕਿਤੇ ਵੀਰ ਦਾ ਵਾਕ ਵੀ ਕੋਈ, ਹਾਂ ਉਹਨਾਂ ਫੋਨ ਕਰਤਾ ਵੀ ਤੂੰ ਆਇਆ ਵਾ ਤੇ ਸਾਡੇ ਘਰੋਂ ਹੋ ਜਾ, ਪਰ ਉਹਨਾਂ ਨੂੰ ਨਹੀਂ ਪਤਾ ਵੀ ਮੈਂ ਆਇਆ ਵਾ। ਅੱਛਾ, ਨਾ ਗੱਡੀ ਪਛਾਣ ਲਈ ਫਿਰ? ਗੱਡੀ ਵਾਲੇ ਵੇਖ ਕੇ ਫੋਨ ਕਰਤਾ ਕਿ ਇਹਨਾਂ ਨੂੰ। ਤੇ ਗਲਤੀ ਤੇਰੀ ਵੀ ਹੈਗੀ ਆ, ਤੂੰ ਸ਼ਹਿਰ ਦਾ ਬਹਾਨਾ ਲਾ ਕੇ ਗਿਆ ਹਾਂ, ਤੇ ਪੁੱਤ ਸਾਨੂੰ ਘਰ ਪਤਾ ਹੀ ਨਹੀਂ ਕਿੱਧਰ ਫਿਰਦਾ। ਨਾਲ ਹੀ ਤੇ ਮਾਦਾ ਪਿੰਡ ਵਾ 2-3 ਕਿਲੋਮੀਟਰ, ਮੈਂ ਕਿਹਾ ਕਿਤੇ ਦੂਰ ਚਲ ਗਿਆ ਸੀ। ਚੱਲ ਕੋਈ ਗੱਲ ਨਹੀਂ, ਕਰ ਦੇਣਾ ਮੈਂ ਤੇਰਾ ਵਿਆਹ, ਤੇ ਆ ਵੀ ਕੰਮ ਮੁੱਕ ਜਾਣੇ ਤੇਰੇ ਜਾਣ ਆਉਣ ਵਾਲੇ ਵੀ। ਉਹ ਵਿਆਹ ਦਾ ਤੇ ਮੈਨੂੰ ਪਤਾ ਨਹੀਂ ਆ, ਪਰ ਉਹਨਾਂ ਨੇ ਕਿਹਾ ਵੀ ਥੋੜਾ ਘੱਟ ਬੋਲਿਆ ਕਰੋ, ਇਹ ਥੋੜੀ ਗੱਲ ਵਾ ਵੀ ਮੁੜ ਕੇ ਆਉਂਦਿਆਂ ਦੁਆਲੇ ਹੋ ਜਾਣਾ। ਮੇਰੀ ਗੱਲ ਸੁਣ, ਮੈਂ ਤੇ ਤੇਰੇ ਕੋਲ ਵੀ ਗੱਲਾਂ ਸੁਣਦੀ ਆ, ਤੇ ਉਹਨਾਂ ਕੋਲ ਵੀ ਦੋਵਾਂ ਜਾਣਿਆਂ ਕੋਲ ਸੁਣਦੀ ਆ, ਮੈਂ ਕਿਹੜੇ ਖੂਹ ਵਿੱਚ ਪਵਾਂ, ਮੈਨੂੰ ਵੀ ਦੱਸ ਦੋ। ਐਵੇਂ ਪ੍ਰਧਾਨ ਕੀਤੇ ਤੁਸੀਂ ਦੋਵੇਂ ਇੱਥੇ? ਮੈਂ ਪ੍ਰਧਾਨ ਨਹੀਂ ਗੇ ਕੀਤੇ, ਮੈਂ ਤੈਨੂੰ ਵੀ ਸਮਝਾਉਂਦੀ ਹਾਂ, ਮੈਂ ਉਹਨਾਂ ਨੂੰ ਵੀ ਦੋਵਾਂ ਨੂੰ ਸਮਝਾਉਂਦੀ ਹਾਂ ਵੀ ਉਹਨੇ ਘਰ ਵਿੱਚ ਹੀ ਰਹਿਣਾ ਵਾ, ਜੇ ਕਿਸੇ ਦੀ ਚੀਜ਼ ਦੀ ਲੋੜ ਵਾ ਤਾਂ ਉਹਨੇ ਖੜਨੀ ਆ, ਤੁਸੀਂ ਨਾ ਇੱਦਾਂ ਕਰਿਆ ਕਰੋ। ਹੁਣ ਉਹ ਮੇਰੇ ਦੁਆਲੇ ਹੁੰਦੇ ਆ ਵੀ ਤੂੰ ਹੱਲਾ ਸ਼ੇਰੀਆਂ ਦਿੰਦੀ ਉਹਨੂੰ, ਅਤੇ ਮੈਂ ਤੈਨੂੰ ਕੀ ਹੱਲਾ ਸ਼ੇਰੀਆਂ ਦਿੰਦੀ ਹਾਂ। ਮੈਨੂੰ ਉਹਨਾਂ ਬੜਾ ਬੋਲਿਆ ਜੀ, ਉਹਦੇ ਮੰਮੀ ਤੁਸੀਂ ਵੀ ਚੱਲ ਜਾਓ ਇੱਥੋਂ। ਤੇਰੇ ਵਾਲੀ ਤਾਂ ਹੱਦੀ ਹੋ ਗਈ ਆ, ਤੈਨੂੰ ਮਾਂ ਪਿਓ ਕੋਲ ਲੱਗਦਾ ਹੀ ਨਹੀਂਗਾ, ਚੱਲ ਜਾਓ ਮੇਰੇ ਲਾਗੋ ਚੱਲ ਜਾਓ, ਤੈਨੂੰ ਮੈਂ ਹੀ ਬਚਾਈ ਜਾਣ ਡਈ ਹਾਂ, ਜੇ ਨਾ ਹੀ ਨਹੀਂ ਤੇਰੀ ਸਾਈਡ ਲਵਾਂ ਨਾ ਤਾਂ ਤੈਨੂੰ ਫੜ ਕੇ ਘਰੋਂ ਬਾਹਰ ਕੱਢ ਦੇਣਾ। ਕੱਢ ਦੇਣ, ਹੁਣ ਇਹੋ ਤਾਂ ਕੰਮ ਰਹਿ ਗਿਆ ਵਾ, ਬਾਕੀ ਸਾਰੇ ਕੰਮ ਤਾਂ ਹੋਣ ਡਏ ਆ ਘਰ 'ਚ, ਬਸ ਇਹੋ ਘਰੋਂ ਕੱਢਣਾ ਰਹਿ ਗਿਆ। ਤੇਰੀ ਵੀ ਜ਼ਬਾਨ ਬਥੇਰੀ ਚੱਲਣ ਡਿਆ ਪਈ ਆ, ਹੁਣ ਇੱਕੋ ਹੀ ਹੱਲ ਵਾ ਵੀ ਵਿਆਹ, ਤੇਰਾ ਹੁਣ ਵਿਆਹ ਕਰ। ਜਦੋਂ ਮੈਂ ਬੋਲਦਾ ਉਹ ਨਹੀਂ ਤੁਹਾਨੂੰ ਚੰਗਾ ਲੱਗਦਾ, ਜਦੋਂ ਉਹ ਬੋਲਦੇ ਆ ਵੀ ਉਹ ਸੱਚੇ ਆ, ਵਿਆਹਿਆ ਹੋਵੇ ਫਿਰ ਕੋਈ ਸ਼ੱਕ ਨਹੀਂ ਹੁੰਦਾ, ਜਦੋਂ ਇਕੱਲਾ ਤੁਰਿਆ ਫਿਰਦਾ ਉਹਨਾਂ ਨੂੰ ਵੀ ਹੁੰਦਾ ਵੀ ਕਿੱਥੇ ਗਿਆ ਵਾ। ਕਿੱਥੇ ਜਾਣ ਡਿਆ, ਮੈਨੂੰ ਤਾਂ ਕੁਛ ਸਮਝਣ ਲੱਗੀ, ਜੇ ਗੁਰਦਾਸਪੁਰ ਚਲੀ ਗਿਆ ਵਾ ਤੇ ਪਤਾ ਨਹੀਂ ਵੀ ਕਿੱਥੇ ਚਲ ਗਿਆ, ਕਿੱਥੋਂ ਆਇਆ, ਇਹੋ ਗੱਲਾਂ ਫਿਰ। ਚਲ ਉੱਠਦਾ ਰੋਟੀ ਪਾਣੀ ਖਾ, ਆ ਜਾ ਬਾਹਰ। ਪਤਾ ਨਹੀਂ ਇਹਨਾਂ ਨੂੰ ਕੀ ਹੋਇਆ ਰਹਿੰਦਾ ਵਾ, ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆਉਂਦੀ ਵੀ ਉੱਥੋਂ ਫੋਨ ਕਿੰਨੇ ਕਰਤਾ ਵਾ, ਇੰਨਾ ਸ਼ੁਕਰ ਆ ਵੀ ਉੱਦਾਂ ਦੇ ਘਰ ਗਾੜੀ ਨਹੀਂ ਕਿੰਨੇ ਮੈਨੂੰ ਵੇਖ ਲਿਆ,
ਜੇ ਉੱਥੇ ਵੇਖ ਲੈਂਦੇ ਤਾਂ ਪੰਗਾ ਬੜਾ ਪੈ ਜਾਣਾ, ਫਿਰ ਇਹਨਾਂ ਨੂੰ ਸਾਰਾ ਕੁਝ ਪਤਾ ਲੱਗ ਜਾਣਾ। ਮੈਨੂੰ ਤਾਂ ਆਪਣੇ ਘਰ ਦੀ ਸਮਝ ਨਹੀਂ ਆਉਂਦੀ ਵੀ ਸਾਡੇ ਘਰ ਦਾ ਕੀ ਬਣਨਾ ਵਾ। ਸਾਰੇ ਜਾਣੇ ਉਹਦੇ ਦੁਆਲੇ ਚੜੇ ਰਹਿੰਦੇ ਆ, ਉਹ ਚਲ ਗਿਆ, ਉਹ ਗੱਡੀ ਲੈ ਗਿਆ। ਚੱਲ ਹੈ ਤਾਂ ਉਹਦੀ ਵੀ ਗਲਤੀ ਆ, ਜੇ ਤੂੰ ਧਾਰੀਵਾਲ ਜਾਣਾ ਸੀ ਤਾਂ ਧਾਰੀਵਾਲ ਦੱਸ ਕੇ ਜਾਂਦਾ, ਤੂੰ ਕਿਉਂ ਕਿਹਾ ਵੀ ਮੈਂ ਗੁਰਦਾਸਪੁਰ ਚੱਲਿਆ ਵਾਂ। ਮੰਮੀ ਕੀ ਗੱਲਾਂ ਕਰਨ ਦਿਓ? ਕੁਛ ਨਹੀਂ ਪੁੱਤ, ਗੱਲਾਂ ਮੈਂ ਕੀ ਕਰਨੀਆਂ ਵਾਂ। ਉਹਦਾ ਇੱਕ ਗੱਲ ਆਖਾਂ, ਅੱਜ ਕੱਲ੍ਹ ਦੇ ਨਿਆਣਿਆਂ ਦੀ ਵੀ ਸਮਝ ਨਹੀਂ ਲੱਗਦੀ, ਕਰਦੇ ਕੁਝ ਆ ਦੱਸਦੇ ਕੁਝ ਨੇ। ਪੁੱਤ ਅੱਜ ਕੱਲ੍ਹ ਸਮਾਂ ਹੀ ਇੱਦਾਂ ਦਾ ਵਾ, ਸਾਰੇ ਨਿਆਣੇ ਇੱਕੋ ਜਿਹੇ ਹੀ ਆ। ਉਹ ਤਾਂ ਹੈਗਾ ਹੀ, ਮਾਂ ਪਿਓ ਦੀ ਨਹੀਂ ਮੰਨਦੇ, ਮਾਂ ਪਿਓ ਵੀ ਕੀ ਕਰੇ, ਕਿਹੜੇ ਖੂਹ 'ਚ ਪਵੇ ਹੁਣ। ਚਲੋ ਮੰਮੀ ਕੋਈ ਗੱਲ ਨਹੀਂ, ਉਹਨਾਂ ਦੇ ਇਹਨਾਂ ਨੇ ਬਥੇਰਾ ਸਮਝਾਇਆ ਵਾ ਅਤੇ ਡੈਡੀ ਨੇ ਵੀ ਸਮਝਾਇਆ ਸੀ, ਪਰ ਜੇ ਉਹਨੂੰ ਸਮਝਾਓ ਨਾ ਤਾਂ ਅੱਗੋਂ ਉਹਨੂੰ ਲੱਗਦਾ ਵਾ ਖਰੇ ਮੇਰਾ ਗਲਤੀ ਸੋਚਣ ਦੇ ਆ। ਉਹਨੂੰ ਵੀ ਸੋਚਣਾ ਚਾਹੀਦਾ ਵਾ ਨਾ, ਮੇਰਾ ਚੰਗਾ ਹੀ ਸੋਚਦੇ ਆ। ਵੇਖ ਲਾ, ਗੱਲ ਕਰਨ ਤੋਂ ਬਾਜ਼ ਨਹੀਂ ਆਉਂਦੀ। ਸਵੇਰੇ ਇੱਥੇ ਮੈਂ ਕਿਹਾ ਸੀ ਨਾ ਇਹਨੂੰ, ਉਸੇ ਵੇਲੇ ਘੜ ਕੇ ਲਿਆਈ ਗੱਲ, ਜਵਾਬ ਦੇ ਕੇ ਤਾਂ ਫੇਸ ਆ ਲਿਆਈ ਉਹ। ਮੈਨੂੰ ਤਾਂ ਇਹਦੀ ਸਮਝ ਨਹੀਂ ਆਉਂਦੀ ਵੀ ਇਹ ਕੀ ਚਾਹੁੰਦੀ ਆ। ਨਿੱਕੀਆਂ ਨਿੱਕੀਆਂ ਗੱਲਾਂ ਉਹਨੂੰ ਦੱਸਦੀ ਰਹਿੰਦੀ ਆ, ਉਹ ਫਿਰ ਪਿਓ ਨੂੰ ਦੱਸਦਾ ਵਾ ਅਤੇ ਪਿਓ ਪੋਤੀ ਉਹਦੇ ਦੁਆਲੇ ਹੋ ਜਾਂਦੇ ਆ। ਫੋਨ ਆਉਣ ਡਿਆ ਪਿਆ ਭੈਣ ਜੀ ਦਾ, ਮੈਂ ਵੀ ਸਾਈਲੈਂਟ ਹੀ ਲਾਇਆ ਸੀ ਉਦੋਂ ਦਾ। ਹੈਲੋ, ਹਾਂਜੀ, ਸਤਿ ਸ਼੍ਰੀ ਅਕਾਲ ਭੈਣ ਜੀ, ਹੋਰ ਸੁਣਾਓ ਕੀ ਹਾਲ ਚਾਲ? ਹਾਂਜੀ ਵਧੀਆ ਵਧੀਆ, ਤੁਸੀਂ ਸੁਣਾਓ ਆਪਣੇ, ਠੀਕ ਠਾਕ ਪਰਿਵਾਰ ਸਾਹਿਬ? ਹਾਂਜੀ, ਅੱਛਾ ਅੱਛਾ, ਕਰ ਲਈ ਗੱਲ ਤੁਸੀਂ ਉਹਨਾਂ ਰਿਸ਼ਤੇ ਵੱਲੋਂ? ਠੀਕ ਠੀਕ, ਮੈਂ ਤਾਂ ਆਪ ਕਹਿੰਦੀ ਹਾਂ ਵੀ ਚੱਲ ਵਿਆਹ ਕਰ ਦਈਏ, ਮੁੜ ਕੇ ਸਾਲ ਦੋਵਾਂ ਸਾਲਾਂ ਮੁੜ ਕੇ ਮੁੰਡੇ ਦਾ ਕਰਨ ਵਾਲੇ ਬਣਾਂਗੇ। ਆਹ ਤਾਂ ਹੁਣ ਡੈਡੀ ਇਹਦੇ ਕਹਿਣ ਡੇ ਵੀ ਨਹੀਂ ਇੱਦਾਂ ਕਰਨੇ ਆ, ਰੁਪਿੰਦਰ ਕਹਿੰਦੀ ਪੜ੍ਹਨਾ ਤਾਂ ਉਹਨੂੰ ਕਾਲਜ ਪਾ ਦਿੰਦੇ ਹਾਂ, ਪੜ੍ਹਾਈ ਹਾਂ ਪੜ੍ਹਾਈ ਆਪਣੀ ਕਹਿੰਦੀ ਅੱਗੇ ਹੋਰ ਕੰਪਲੀਟ ਕਰ ਲਓਗੀ। ਹਾਂਜੀ ਹਾਂਜੀ, ਉਹ ਗੱਲ ਤਾਂ ਤੁਹਾਡੀ ਠੀਕ ਆ, ਪਰ ਕਹਿੰਦੇ ਵੀ ਚੱਲ ਰਿਸ਼ਤਾ ਹੋਰ ਚੰਗਾ ਕਿਤੇ ਮਿਲ ਜੂਗਾ, ਪੜ੍ਹੀ ਲਿਖੀ ਹੋ ਗਈ ਹੋਰ, ਹਾਂ ਨਾਲੇ ਤਾਂ ਇਹਨੂੰ ਵੀ ਹੈਗਾ ਥੋੜ੍ਹਾ ਸ਼ੌਂਕ ਵੀ ਨੌਕਰੀ ਮਿਲ ਜਾਵੇ ਤਾਂ ਵਧੀਆ ਹੀ ਆ। ਜੇ ਸਰਕਾਰੀ ਮਿਲ ਜਾਵੇ ਚਲੋ ਵਧੀਆ, ਨਹੀਂ ਤਾਂ ਫਿਰ ਪ੍ਰਾਈਵੇਟ ਚਲੋ ਕਿਤੇ ਨਾ ਕਿਤੇ ਲੱਗੀ ਹੋਊਗੀ। ਆਹੋ ਅੱਜ ਕੱਲ੍ਹ ਸਮਾਂ ਹੀ ਇੱਦਾਂ ਆ, ਬੱਚਾ ਆਪਣੇ ਪੈਰਾਂ 'ਤੇ ਖੜ੍ਹਾ ਹੋਵੇ ਤਾਂ ਵਧੀਆ ਆ। ਚਲੋ ਹਾਂਜੀ ਕੋਈ ਗੱਲ ਨਹੀਂ, ਜਿੱਦਾਂ ਤੁਸੀਂ ਦੱਸਣ ਡੇ ਉੱਦਾਂ ਹੈ ਤਾਂ ਚਲੋ ਠੀਕ ਆ, ਪਰ ਮੈਨੂੰ ਲੱਗਦਾ ਆ ਵੀ ਇਹਨਾਂ ਨੇ ਮੰਨਣਾ ਨਹੀਂ ਅਜੇ। ਹਾਂਜੀ ਹਾਂਜੀ, ਨਹੀਂ ਤੁਸੀਂ ਸਾਡੇ ਵੱਲੋਂ ਨਾ ਹੀ ਕਰ ਦਿਓ, ਕੋਈ ਗੱਲ ਨਹੀਂ। ਠੀਕ ਜੀ ਠੀਕ, ਆਇਓ ਕਿਤੇ ਪਿੰਡ ਮਾਰਿਓ ਫਿਰ। ਆਹੋ ਨਹੀਂ ਅਸੀਂ ਵੀ ਆਵਾਂਗੇ। ਹਾਂਜੀ ਹਾਂਜੀ, ਚਲੋ ਠੀਕ ਜੀ ਫਿਰ, ਹੈ ਆਇਓ ਕਿਸੇ ਦਿਨ। ਚੰਗਾ ਭੈਣ ਜੀ, ਸਤਿ ਸ਼੍ਰੀ ਅਕਾਲ। ਰੁਪਿੰਦਰ ਦੇ ਰਿਸ਼ਤੇ ਵੱਲੋਂ ਵੀ ਨਾ ਮੈਂ ਢਿੱਲੀ ਪਈ ਜਾਣ ਡਈ ਆ, ਦੱਸ ਇਹਨਾਂ ਨੇ ਹੁਣ ਹੋਰ ਸਲਾਹ ਕਰ ਲਈ ਪਿਓ ਧੀ ਨੇ ਵੀ ਪੜ੍ਹਾਉਣਾ ਅੱਗੇ ਹੋਰ ਪੜ੍ਹਾ ਲਈਏ, ਪੜ੍ਹ ਜਾਇਓ ਵੀ। ਮੈਂ ਤਾਂ ਸੋ ਕਹਿੰਦੀ ਹਾਂ ਚੱਲ ਵਿਆਹ ਕਰਦੇ ਅਤੇ ਮੁੜ ਕੇ ਮੁੰਡੇ ਦਾ ਵੀ ਕਰਨ ਵਾਲੇ ਬਣਦੇ, ਮਰਜ਼ੀ ਹੁਣ ਇਹਨਾਂ ਦੀ ਪਿਓ ਧੀ ਦੀ ਦੋਵਾਂ ਦੀ। ਲੈ ਆਹ ਖਲੋਤਾ ਹੀ ਵੇ, ਤੂੰ ਇੱਥੇ ਆਣ ਕੇ ਖਲੋਤਾ ਵਾ? ਹਾਂਜੀ ਦੱਸੋ ਕੀ ਕਰਨ ਡਿਆ ਤੂੰ ਇੱਥੇ? ਕੁਛ ਵੀ ਨਹੀਂ, ਉੱਦਾਂ ਹੀ ਖਲੋਤਾ ਵਾਂ, ਹੁਣ ਖਲੋਤਾ ਵੀ ਤੁਹਾਨੂੰ ਚੰਗਾ ਲੱਗਣ ਡਿਆ? ਹੈ ਹੈ, ਤੂੰ ਤਾਂ ਖਿਜਿਆ ਪੈਂਦਾ ਵਾਂ ਜਿੱਦਾਂ ਗੱਲ ਪਈਦਾ ਅਗਲੇ ਦੇ। ਦੱਸੋ ਕੰਮ ਹੀ ਕੋਈ? ਕੰਮ ਇਹੀ
ਮੈਨੂੰ ਦੱਸ ਵੀ ਤੈਨੂੰ ਕੁੜੀ ਕਿੱਦਾਂ ਦੀ ਚਾਹੀਦੀ ਆ? ਤੇਰੀ ਮਾਸੀ ਰਿਸ਼ਤਾ ਕਰਾਉਣ ਡਈ ਆ। ਮੈਨੂੰ ਨਹੀਂ ਚਾਹੀਦੀ ਮਾਤਾ ਕੁੜੀ, ਠੀਕ ਹੈ ਨਾ? ਉਹਨਾਂ ਨਾ ਕਰਦੇ ਜਿਹੜੇ ਰਿਸ਼ਤਾ ਕਰਾਉਣ ਡਏ ਆ। ਨਾ ਨਾ ਕਿਹੜੀ ਗੱਲੋਂ ਕਰਦਾ, ਆਂਦੀ ਵੀ ਕੁੜੀ ਪੜ੍ਹੀ ਆ, BA ਕੀਤੀ ਆ, ਸਿਲਾਈ ਕਢਾਈ ਦਾ ਕੋਰਸ ਕੀਤਾ ਵਾ, ਤੇ ਹੋਰ ਕੀ ਚਾਹੀਦਾ ਵਾ? ਉਹ ਮੈਂ ਮਾਤਾ ਆਪਣੀ ਮਰਜ਼ੀ ਨਾਲ ਵਿਆਹ ਕਰਾਉਣਾ, ਨਾਲੇ ਜਿਹਨੂੰ ਮੈਂ ਕੁੜੀ ਨੂੰ ਜਾਣਦਾ ਹੋਊਗਾ ਨਾ ਉਹਨਾਂ ਵਿਆਹ ਕਰਾਉਣਾ। ਤੂੰ ਮਰਜ਼ੀ ਦਾ ਵਿਆਹ ਕਰਾਉਣਾ ਵਾ? ਮੈਂ ਤੁਹਾਨੂੰ ਦੱਸਤਾ ਜੀ। ਨਹੀਂ ਮੇਰੀ ਗੱਲ ਸੁਣ, ਤੇਰਾ ਮਾਂ ਪਿਓ ਮਰ ਗਿਆ ਵਿਆਹ ਕਰਨ ਵਾਲਾ, ਜਿਹੜਾ ਤੂੰ ਮਰਜ਼ੀ ਨਾਲ ਕਰਾਉਣਾ ਵਾ? ਮੈਨੂੰ ਨਹੀਂ ਜਾ ਇਹ ਗੱਲ ਦਾ ਪਤਾ, ਠੀਕ ਹੈ ਨਾ? ਮੈਂ ਮਰਜ਼ੀ ਨਾਲ ਕਰਾਉਣਾ ਤੇ ਮਰਜ਼ੀ ਨਾਲ ਕਰਾਉਣਾ। ਤੇ ਜੇ ਇਹ ਗੱਲ ਦਾ ਤੇਰੇ ਪਿਓ ਨੂੰ ਤੇ ਭਰਾ ਨੂੰ ਪਤਾ ਲੱਗ ਗਿਆ ਨਾ, ਫੇਰ ਤੇਰੇ ਦੁਆਲੇ ਹੁਣ ਆਈ ਬੰਦਾ ਬਣ ਜਾ। ਤੂੰ ਅੱਗੇ ਕਿਹੜੇ ਛੱਡਦੇ ਆ ਮੈਨੂੰ, ਕਹਿ ਦੋ ਭਾਈ ਜਾ ਕੇ। ਮਰਜ਼ੀ ਮੁਰਜ਼ੀ ਵਾਲੀ ਗੱਲ ਇੱਥੇ ਨਹੀਂ ਚੱਲਣੀ। ਤੇ ਮੈਂ ਨਹੀਂ ਜੇ ਫਿਰ ਕਰਾਉਣਾ ਵਿਆਹ। ਉਹਦਾ ਵੀ ਵਿਆਹ ਅਹੀਂ ਕੀਤਾ ਸੀਗਾ ਵੇਖ ਕੇ, ਤੇ ਤੇਰਾ ਵੀ ਅਹੀਂ ਵੇਖ ਕੇ ਕਰਨਾ ਵਾ। ਮੈਂ ਨਹੀਂ ਕਰਾਉਣਾ, ਤੁਸੀਂ ਕੀ ਵੇਖ ਆਓ ਜਿਹਨੂੰ ਵੇਖਣਾ। ਵਿਨ ਖੱਤਿਆ ਤੈਨੂੰ ਸਮਝ ਨਹੀਂ ਆਉਣ ਡਈ ਮੇਰੀ ਗੱਲ ਦੀ? ਜੇ ਵਿਆਹਿਆ ਹੋਵੇਗਾ ਨਾ, ਇਹ ਵੀ ਪਿਓ ਪੁੱਤ ਤੇਰੇ ਗੱਲ ਪੈਣ ਲੱਗਿਆ 20 ਵਾਰਾਂ ਸੋਚਣਗੇ, ਤੇਰੀ ਘਰ ਦੀ ਕੋ ਡਰਨਗੇ ਵੀ ਉਹ ਬੋਲੂਗੀ। ਕੋਈ ਗੱਲ ਨਹੀਂ, ਮੈਂ ਮਰਜ਼ੀ ਨਾਲ ਕਰਾਉਣਾ, ਜਦੋਂ ਕਹੋਗੇ ਉਦੋਂ ਕਰਾ ਲੂੰਗਾ। ਕਰਾਉਣਾ ਪਰ ਮੈਂ ਮਰਜ਼ੀ ਨਹੀਂ। ਮੇਰੀ ਗੱਲ ਸੁਣ, ਮਰਜ਼ੀ ਨਾਲ ਤਾਂ ਤੂੰ ਵਿਆਹ ਕਰਾਉਣਾ ਵਾ, ਜਿਹੜੀਆਂ ਆਉਂਦੀਆਂ ਨਾ ਮਰਜ਼ੀ ਦੇ ਨਾਲ, ਉਹ ਨਾ ਲੰਗਰ ਪਾਣੀ ਪਕਾਉਂਦੀਆਂ ਹੀ ਹੋ ਤੇ ਨਾ ਆਖੇ ਲੱਗਦੀਆਂ, ਫਿਰ ਕੀ ਕਰੇਗਾ? ਉਹ ਮੰਮੀ ਮੈਂ ਲਿਆਉਂਗਾ ਹੀ ਉਹ ਜਿਹੜੀ ਆਖੇ ਲੱਗਣ ਵਾਲੀ ਹੋਊਗੀ। ਨਾ ਤੂੰ ਤਾਂ ਉਹਦੀਆਂ ਪੱਕੀਆਂ ਖਾਧੀਆਂ ਵਾ, ਵੀ ਤੂੰ ਉਹ ਲਿਆਵੇਂਗਾ, ਤੇਰੇ ਵਾਲੀ ਹੱਦੀ ਹੋ ਗਈ ਆ। ਕੋਈ ਗੱਲ ਨਹੀਂ, ਮੈਂ ਮਰਜ਼ੀ ਨਾਲ ਕਰਾਉਣਾ, ਮੈਂ ਕਿੰਨੀ ਘਾਰੀ ਤੁਹਾਨੂੰ ਕਹਾਂ, ਐਵੇਂ ਉਹ ਗੱਲ। ਜੇ ਕੋਈ ਕੁੜੀ ਹੈਗੀ ਤਾਂ ਦੱਸ ਮੈਨੂੰ ਕਿੱਥੋਂ ਦੀ ਆ, ਕੋਈ ਨਹੀਂ ਦੱਸ ਦੂੰਗਾ ਜਦੋਂ ਕਰਾਉਣਾ ਵਾ। ਫਿਰ ਮੈਨੂੰ ਤਾਂ ਇਦਾਂ ਲੱਗਦਾ ਵੀ ਜਿਹੜਾ ਗੱਡੀ ਲੈ ਕੇ ਮੋਟਰਸਾਈਕਲ ਲੈ ਕੇ ਨਿਕਲਿਆ ਰਹਿੰਦਾ ਨਾ, ਉਹ ਕੋਈ ਗੱਲ ਹੈਗੀ ਆ ਤੇਰੇ ਦਿਮਾਗ ਦੇ ਵਿੱਚ? ਜੇ ਕੋਈ ਕੀੜਾ ਚੱਲਦਾ ਤਾਂ ਦੱਸ ਦੇ ਸਾਨੂੰ। ਭਰਾ ਨੂੰ ਤੇ ਡੈਡੀ ਨੂੰ ਭਾਵੇਂ ਤੁਸੀਂ ਦੱਸ ਦਿਓ, ਮੈਨੂੰ ਡਰ ਨਹੀਂ ਪੈ ਗਿਆ ਉਹਨਾਂ ਦਾ। ਹਾਏ ਹਾਏ, ਇਹ ਤੇ ਨਖੱਤਾ ਮੂੰਹ ਚੜ ਬੋਲਣ ਡਿਆ ਵਾ। ਮੈਨੂੰ ਲੱਗਦਾ ਵਾ ਵੀ ਜਿਹੜਾ ਮਸਤ ਜਿਹਾ ਹੋ ਕੇ ਨਾ ਕਦੀ ਮੋਟਰਸਾਈਕਲ ਲੈ ਕੇ ਤੁਰ ਪੈਂਦਾ, ਕਦੀ ਗੱਡੀ ਲੈ ਕੇ ਤੁਰ ਪੈਂਦਾ, ਪੱਕਾ ਇਹ ਕੁੜੀ ਕਿਸੇ ਦੇ ਮਗਰ ਹੀ ਜਾਂਦਾ ਵਾ। ਚੱਲ ਮੈਨੂੰ ਦੱਸ ਦੇ ਵੀ ਕੁੜੀ ਇੱਥੋਂ ਦੀ ਆ, ਕੋਈ ਵਿਚੋਲਾ ਵਿੱਚ ਪਾ ਲੈਂਦੇ ਆ, ਜੇ ਇਹਦੇ ਪਿਓ ਨੂੰ ਪਤਾ ਲੱਗ ਗਿਆ ਉਹਨੇ ਤਾਂ ਮੇਰੇ ਦੁਆਲੇ ਵੀ ਨਾਲ ਹੀ ਹੋਣਾ ਵਾ।